ਤੇਰੀ ਸ਼ਕਲ ਤੇ ਉਹ ਤੈਨੂੰ ਕਿਉਂ ਨਹੀਂ ਸਮਝ ਆਇਆ ਪੁੱਤਰ, ਅਸੀਂ ਵੈਲਕਮ ਬੈਕ ਕਰੀਦਾ, ਤੂੰ ਹਾਏ ਹਾਏ ਕਰਨ ਲੱਗ ਪਿਆ। ਇਹ ਪੁੱਤਰ ਤੇਰੇ ਵਰਗੇ ਨੇਤਾ ਨੂੰ ਤਾਂ ਮੈਂ ਵੈਸੇ ਬੜਾ ਚੰਗੀ ਤਰ੍ਹਾਂ ਜਾਣਨਾ। ਇਹ ਜਿਹੜੇ ਧਰਨਿਆਂ ਦੇ ਬਹਿ ਕੇ ਹਾਏ 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 ਕਰਦੇ ਆ, ਸਭ ਤੋਂ ਅੱਗੇ ਜਾ ਕੇ ਕਰਨਗੇ ਹਾਏ 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 ਹਾਏ। ਮੰਗ ਨਹੀਂ ਇਹਨਾਂ ਦੀ ਮੰਨੀ ਜਾਂਦੀ ਕੋਈ ਵੀ, ਚਾਰ ਕੁ ਦਿਨ ਧਰਨੇ ਤੇ ਬਹਿ ਗਏ ਨਾ, ਪੰਜਵੇਂ ਦਿਨ ਫਿਰ ਉੱਥੇ 12 ਟਾਂ ਨਹੀਂ ਖੇਡਣ ਦਿੰਦੇ ਆ। ਉਹ ਚੱਲ ਤੇਰੀ ਜਨਾਬ, ਇਹੋ ਜਿਹੇ 25-25 ਰੁਪਏ ਜਾ ਜਾਂਦੇ ਨੇ ਬਾਅਦ ਚ ਪਾਣੀ 'ਚ ਬੋਛਾਰਾ ਪੈਂਦੀਆਂ। ਘਰੋਂ ਤਿਆਰ ਹੋ ਕੇ ਆਉਂਦੇ ਕਿ ਸਾਬਣ ਲੈ ਕੇ ਜਾਣਾ, ਕਿਉਂਕਿ 4 ਦਿਨ ਤੇ ਨਹਾਉਂਦੇ ਨਹੀਂ, ਉਹ ਪਾਣੀ 'ਚ ਬੋਛਾਰਾ ਮੰਨਦੇ ਨਾ ਨੂੰ ਕਿਤੇ ਘਰ ਆ ਜਾਂਦੇ। ਅੱਜ ਮੈਂ ਥਾਣੇ ਵਿੱਚ ਆਇਆ। ਵਾਹ ਵਾਹ, ਇਹ ਸਾਨੂੰ ਪਤਾ ਹੀ ਨਹੀਂ। ਇਸ ਥਾਣੇ ਵਿੱਚ ਮੈਂ ਇੰਸਪੈਕਟਰ ਨਾਲ ਗੱਲਬਾਤ ਕਰਨੀ ਆ। ਹਾਂ ਕਰਨੀ ਆ, ਹਜੇ ਤੱਕ ਨਹੀਂ ਕੀਤੀ, 3 ਸੈਗਮੈਂਟ ਹੋ ਗਏ। ਲੋਕਾਂ ਦੀਆਂ ਸਮੱਸਿਆ ਲੈ ਕੇ ਆਇਆ ਮੈਂ ਇੱਥੇ ਅੱਜ। ਪਹਿਲੇ ਆਪਣੀ ਸਮੱਸਿਆ ਦਾ ਕੋਈ ਹੱਲ ਕਰ, ਸ਼ਕਲ ਵੇਖ ਆਪਣੀ। ਜੀਤੇ ਕੀ ਮੱਝ ਚੋਰੀ ਹੋ ਗਈ, ਪਹਿਲੀ ਸਮੱਸਿਆ। ਵਾਹ 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 ਸਰ, ਵੈਸੇ ਜਦੋਂ ਦੇ ਆਏ ਉਹਨਾਂ ਨੇ ਤੋੜ ਭੰਨ ਕਰਨੀ ਜਿਹੜੀ ਕਰਨੀ ਸਰ, ਜਦੋਂ ਦੇ ਇਹ ਆਏ ਨਾ ਹਨੇਰਾ ਹੋ ਗਿਆ ਨਾ। ਹਾਂ ਅੱਛਾ, ਤਾਂ ਬੱਤੀ ਬਾਹਰ। ਭੈਣ ਜੀ ਤੁਸੀਂ ਇੱਕ ਲੀਡਰ ਨੂੰ ਕਿੱਦਾਂ ਬੋਲ ਰਹੇ ਹੋ? ਦੁਬਾਰਾ ਬੋਲੀ, ਉਦਾਂ ਹੀ ਬੋਲ ਰਹੀ ਸਰ। ਜਦੋਂ ਦੇ ਆਏ ਨਾ ਵੈਸੇ ਸਾਡੀ ਥਾਣੇ ਵਿੱਚ ਹਨੇਰਾ ਹੋ ਗਿਆ, ਤਾਂ ਕਰਕੇ ਮੈਂ ਕਹਿੰਦੀ ਬੱਤੀ ਆ ਗਈ। ਉਹ ਜਾਣ ਦਿਓ ਭੈਣ ਜੀ, ਤੁਹਾਨੂੰ ਵੀ ਅਸੀਂ ਜਾਣਦੇ ਆ, ਫਾਰਮੂਲੇ ਨਾਲ ਮੂੰਹ ਗੋਰਾ ਕਰਨ ਵਾਲੀਏ। ਕਿਹੜਾ ਓਏ, ਕਿਹੜਾ ਫਾਰਮੂਲਾ ਲਾ ਲਿਆ ਉਹਨੇ, ਕਿਹੜਾ ਤੂੰ H2O ਲਗਾ ਲਿਆ? ਸਰ ਮੈਂ ਤਾਂ, ਮੇਰੀ ਤਵਚਾ ਤਾਂ ਵੈਸੀ ਬੜੀ ਗੋਰੀ ਹੈ। ਵਾਹ ਵਾਹ ਵਾਹ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ? ਭਾਈ ਮੈਂ ਬੋਲ ਰਿਹਾ ਵਾਂ, ਜਰਨੈਲ ਸਿੰਘ। ਜਰਨੈਲ ਜੀ ਕੀ ਹਾਲ ਚਾਲ ਹੈ? ਬਾਜੀ ਬੜੀ ਬਾਬੇ ਦੀ ਮੇਰੇ ਭਾਈ ਤੁਹਾਡਾ ਪ੍ਰੋਗਰਾਮ ਵੇਖਿਆ, ਬਹੁਤ ਦਿਲ ਖੁਸ਼ ਹੋ ਗਿਆ ਵੇਖ ਕੇ। ਬੜੀ ਮਿਹਰਬਾਨੀ ਜਰਨੈਲ ਜੀ, ਕਿੱਥੋਂ ਬੋਲ ਰਹੇ ਹੋ ਵੈਸੇ ਤੁਸੀਂ? ਭਾਈ ਮੈਂ ਬੋਲ ਰਿਹਾ ਸੋਹਰਾਮਚੰਦ ਤੋਂ। ਕਿਹਨਾਂ ਦੇ ਹੈਲਮੈਟ ਤੋਂ? ਹਾਂਜੀ ਭਾਈ, ਸੋਹਰਾਮਚੰਦ ਤੋਂ। ਅੱਛਾ ਅੱਛਾ, ਸੋਫਾ ਕੁਛ ਐਵੇਂ ਦਾ ਕੁਛ। ਉਹ ਪੁੱਤਰ ਉਹ ਨਹੀਂ ਉੱਤਰ ਆਪਣਾ ਮਾਜਰੀਆਂ ਰੋਡ ਤੇ ਨਹੀਂ ਆਉਂਦਾ? ਹਾਂ ਹਾਂ, ਪੱਟੀ ਵੱਲ, ਪੱਟੀ ਵੱਲ ਉੱਥੇ। ਹਾਂ 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 ਹਾਂਜੀ ਹਾਂਜੀ, ਮੈਂ ਸਮਝ ਗਿਆ ਸਮਝ ਗਿਆ। ਹੋਰ ਠੀਕ ਆ ਉੱਥੇ ਮੌਸਮ? ਮੌਸਮ ਜੀ ਮੌਸਮ ਠੀਕ ਹੈ, ਕਰੀ ਕਰੀ ਤੁਸੀਂ ਆਓ ਦਰਸ਼ਨ ਦਿਓ, ਤੁਹਾਨੂੰ ਝੂਲੇ ਖਵਾਵਾਂਗੇ। ਉੱਥੇ ਬੜੀ ਧੁੱਪ ਨਿਕਲਦੀ ਜੀ, ਉੱਥੇ ਬੜੇ ਬੜੇ ਝੂਲੇ ਲੱਗੇ ਨੇ ਉੱਥੇ। ਸਾਨੂੰ ਮੈਨੂੰ ਝੂਲੇ ਖਵਾਓਗੇ? ਨਹੀਂ ਮੈਂ ਖਾਣੇ ਬੰਦ ਕਰਕੇ ਹੋਇਆ, ਪਹਿਲੇ ਮੈਂ ਇੱਕ ਵਾਰੀ ਲੋਇਆ ਖਾਣ ਦਾ ਮੈਨੂੰ ਦੱਸ ਗਿਆ, ਉਸ ਤੋਂ ਬਾਅਦ ਬੰਦ ਕਰਦੇ, ਮੈਨੂੰ ਡਾਈਜੈਸਟ ਨਹੀਂ ਹੋਇਆ। ਛੋਲੇ ਕੁਲਚੇ ਬੰਦੇ ਆ ਕਿੱਥੇ, ਜਿੱਥੇ ਦੱਸਿਆ ਸੀ ਇਹਨਾਂ ਨੇ? ਨੇਤਾ ਜੀ ਨਾਲ ਮੈਂ ਜਾ ਸਕਦਾ ਵੈਸੇ, ਸਹੀ ਗੱਲ ਹੈ ਤੁਹਾਡੀ, ਗੱਲ ਠੀਕ ਹੈ, ਪਰ ਪ੍ਰੋਬਲਮ ਇੱਕ ਹੈ ਕਿ ਨੇਤਾ ਜੀ ਨਾਲ ਮੈਂ ਜਾ ਤਾਂ ਸਕਦਾ, ਬਾਹਰ ਨਹੀਂ ਨਾ ਜਾ ਸਕਦਾ, ਕਿਉਂਕਿ ਇਹ ਵੱਧ ਤੋਂ ਵੱਧ ਗੁਰਦਾਸਪੁਰ, ਧਾਰੀਵਾਲ, ਜੈਂਤੀਪੁਰ, ਕੱਥੂ ਨੰਗਲ, ਵੇਰਕਾ, ਉੱਥੇ ਜਾਂਦਾ, ਤੇ ਉਸ ਬਾਹਰ ਤਾਂ ਇਹਦਾ ਆਪਣਾ ਵੀਜ਼ਾ ਨਹੀਂ ਲੱਗਾ ਕਦੀ। ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਇਹਦੀ ਸ਼ਕਲ ਤੋਂ ਨਹੀਂ ਪਤਾ ਲੱਗਦਾ? ਸ਼ਕਲ ਦੇਖੋ ਸਹੀ, ਐ ਨੀ ਲੱਗਦਾ? ਬੰਗਲਾਦੇਸ਼ ਤੋਂ ਵੀ 2 ਵਾਰ ਰਿਜੈਕਟ ਹੋਇਆ। ਨਹੀਂ ਜੀ, ਪਾਕਿਸਤਾਨ ਤੋਂ ਨੀ ਹੈਗੇ, ਉਹ ਹੈ ਤੇ ਇੱਧਰ ਦੇ ਹੀ ਨੇ, ਪਰ ਬਾਕੀ ਕੋਈ ਐਸੀ ਗੱਲ ਨਹੀਂ। ਚਲੋ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅਗਲੇ ਕਾਲਰ ਨਾਲ ਵੀ ਲੱਗੇ ਹੱਥ ਕਰ ਹੀ ਲੈਣੇ ਗੱਲ। ਹਾਏ ਹਾਏ, ਓਏ ਹਾਏ ਹਾਏ ਨਹੀਂ, ਹੈਲੋ ਹੈਲੋ ਕਰੀਦਾ ਜਦੋਂ ਫੋਨ ਆਵੇ। ਇਹਨੂੰ ਕੋਈ ਪੀੜ ਪਾੜ ਪੈਂਦੀ ਆ ਮੈਨੂੰ ਲੱਗਦਾ, ਮੈਨੂੰ ਵੀ ਐਂ ਲੱਗਦਾ ਇਹਦੀ ਰਸੋਲੀ ਦਾ ਆਪਰੇਸ਼ਨ ਹੋਣ ਵਾਲਾ, ਇਹ ਤਾਂ ਹਾਏ ਹਾਏ ਕਰਦਾ। ਹੈਲੋ 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 ਜੀ, ਚਲੋ ਕੋਈ ਗੱਲ ਨਹੀਂ ਜੀ, ਦੁਬਾਰਾ ਟਰਾਈ ਕਰ ਲਓ, ਕੋਈ ਐਸੀ ਗੱਲ ਨਹੀਂ। ਅੱਛਾ ਲਵ ਯੂ, ਗੱਲ ਸੁਣ, ਹੁਣ ਬਹੁਤ ਸਾਰੇ ਜਿਹੜੇ ਕਾਲਰਸ, ਉਹਨਾਂ ਦੀ ਡਿਮਾਂਡ ਆ ਚੁੱਕੀ ਹੈ, ਕੋਈ ਬੋਲੀ, ਕੋਈ ਗਾਣਾ, ਕੋਈ ਕੁਛ ਵੀ ਸੁਣਾ। ਮੈਂ ਬੋਲੀ ਸੁਣਾਣੀ ਸਰ। ਸੁਣਾਓ ਸੁਣਾਓ। ਵਾਰੀ ਵਰਸੀ ਖੱਟਣ ਗਈ ਸੀ, ਵਾਰੀ ਵਰਸੀ ਖੱਟਣ ਗਈ ਸੀ, ਲੱਤ ਤੇ ਲੱਗੀ ਚੋਟ, ਜਿੱਦਾਂ ਦੀ ਸ਼ਕਲ ਤੇਰੀ ਤੈਨੂੰ ਨਹੀਂ ਮਿਲਣੀ ਵੋਟ, ਜਿੱਦਾਂ ਦੀ ਸ਼ਕਲ ਤੇਰੀ ਤੈਨੂੰ ਨਹੀਂ ਮਿਲਣੀ ਵੋਟ, ਜਿੱਦਾਂ ਦੀ ਸ਼ਕਲ ਤੇਰੀ। ਤੁਹਾਨੂੰ ਤੇ ਇਲੈਕਸ਼ਨਾਂ ਦੇ ਪਹਿਲੇ ਰਿਜ਼ਲਟ ਆ ਗਿਆ। ਬਹਿ ਜਾਓ ਲੋਕੀ ਆਪੋਜਿਸ ਪਾਰਟੀ ਵਾਲੇ ਗੱਲਾਂ ਕਰਦੇ ਹੁੰਦੇ ਆ। ਬੋਲੋ ਕਿਹੜੇ ਆਪੋਜਿਸ? ਹਾਂ ਬੰਦੇ ਸਕਸੈਸ ਹੁੰਦੇ ਪੋਲਿਟਿਕਸ ਦੇ ਵਿੱਚ। ਆਪੋਜਿਸ ਪਾਰਟੀਆਂ ਦਾ ਮਤਲਬ ਹੁੰਦਾ ਬੋਲਣਾ। ਵਾਹ ਵਾਹ ਵਾਹ,
महसूस ही किया जा सकता तू भी अपनी शक्ल गौर ना देख, ऐसा लगता भालू की लाटरी निकली पुत्र अंदर पाए पाए।